ਅਮਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਕਰਿਸ਼ੰਕਰ ਵਿਕੇ ਸ਼ਿਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਵਿਕਾਸ ਕ੍ਰਾਂਤੀ ਨੂੰ ਡਰਾਮੇਬਾਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਪੰਜਾਬ ਸਰਕਾਰ ਫੇਲ ਸਾਬਤ ਹੋਈ ਹੈ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ આરોਪ ਲਗਾਇਆ ਕਿ ਸ਼ਿਰਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਸਮੇਂ ਮਿਨਾਰੇ ਬੇਗਮਪੁਰਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਪਰ ਸਰਕਾਰ ਬਦਲਣ ਤੋਂ ਬਾਅਦ ਨਾ ਤਾਂ ਕਾਂਗਰਸ ਸਰਕਾਰ ਨੇ ਸਾਰ ਲਈ ਅਤੇ ਨਾ ਹੀ ਬਦਲਾ ਦਾ ਨਾਅਰਾ ਲਗਾ ਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕੰਮ ਨੂੰ ਮੁਕੰਮਲ ਕਰਵਾਇਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਵਿੱਚ ਵਾਹਵਾਹੀ ਖੱਟਣ ਦੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਤਰਿੰਦਰ ਸਿੰਘ ਭੋਲੇਵਾਲ ਰਾਠਾ ਨੇ ਕਿਹਾ ਕਿ ਮਾਲਪੁਰ ਵਿਕੇਂ ਸਮਤੀ ਦੀ ਬਿਲਡਿੰਗ ਦੇ ਵਿੱਚ ਮੁਹੱਲਾ ਕਲੀਨਿਕ ਖੋਲ ਕੇ ਬਿਲਡਿੰਗ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਗੜਸ਼ੰਕਰ ਤੇ ਮਾਲਪੁਰ ਵਿਕੇਂ ਪਹਿਲਾਂ ਤੋਂ ਖੁੱਲੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਵੱਡੀ ਘਾਟ ਪਈ ਜਾ ਰਹੀ ਹੈ। ਪਰੰਤੂ ਸਰਕਾਰ ਲੋਕਾਂ ਨੂੰ ਰਾਤ ਕਰ ਰਹੀ ਹੈ ਕਰਚਿੰਗ ਤੋਂ ਪੰਜਾਬ ਦੇ ਵੀ ਪ੍ਰੈਂਸ ਲਈ ਬਟੂ ਚੋਹਾਨ ਦੀ ਰਿਪੋਰਟ ਦੇਖੋ ਜਿਹੜਾ ਅਸ਼ਾਲਪੁਰ ਵੰਦਮਾਨ ਰੋਧ ਕੇਂਜੀਰਾਲ ਜੋ ਰੈਲੀ ਕਰਕੇ ਗਏ ਆ ਉਹ ਬਿਲਕੁਲ ਡਰਾਮਾ ਸਾਰੀਆਂ ਸਰਕਾਰੀ ਬਸਾਂ ਤੇ ਨਰੇਗਾ ਵਾਲੇ ਇਕੱਠੇ ਕਰਕੇ ਦਾ ਕੱਟ ਕਰ ਲਿਆ ਉਥੇ ਐਲਾਨ ਕਰ ਦਿੱਤਾ ਦੱਸਣ ਉਥੇ ਲਿਖਿਆ ਇਹਨਾਂ ਨੇ ਕਿ ਕਿਹੜੇ ਕੰਮ ਲਈ ਇਹ ਪੈਸੇ ਦਿੱਤੇ ਆ ਉਥੇ ਲਿਖਣਾ ਚਾਹੀਦਾ ਸੀ ਆ ਜੇ ਮੈਡੀਕਲ ਕਾਲਜ ਬਣਾਉਣਾ ਉਹਦੇ ਲਈ ਐਨੇ ਪੈਸੇ ਜੇ ਕਿਸੇ ਹੋਰ ਜਿਹੜੇ ਹਲਕੇ ਵਾਸਤੇ ਕਹਿ ਕੇ ਗਏ ਉਸ ਹਲਕੇ ਦੇ ਐਸ ਕੰਮ ਲਈ ਐਨੇ ਪੈਸੇ ਅਸੀਂ ਦਿੱਤੇ ਆ ਦੇ ਰਹੇ ਆ ਜਾਂ ਦਿੱਤੇ ਆ ਉਹ ਸਿਰਫ ਡਰਾਮਾ ਇਹਨਾਂ ਨੇ ਕੱਖ ਨਹੀਂ ਕਰਨਾ ਪੌਣੇ 2 ਸਾਲ ਹੋ ਗਏ ਇਹਨਾਂ ਦੇ ਰਾਜ ਭਾਗ ਨੂੰ ਪੋਣੇ 2 ਸਾਲਾਂ ਦੇ ਵਿੱਚ ਇੱਕ ਚੀਜ਼ ਦਿਖਾਉਣ ਦੇਣ ਕਿ ਜਿਹੜੀ ਇਹਨਾਂ ਨੇ ਨਵੀਂ ਬਣਾਈ ਹੋਵੇ ਜਿਹੜੀਆਂ ਚੀਜ਼ਾਂ ਬਣਦੀਆਂ ਸੜਕਾਂ ਰਿਪੇਅਰ ਹੁੰਦੀਆਂ ਉਹਦੇ ਤਾਂ ਸਟੋਨ ਰੱਖੀ ਜਾਂਦੇ ਵੱਡ-ਵੱਡੇ ਤੇ ਹੁਣ ਦੇਖੋ ਸਾਡੇ ਗੱਡ ਸਿੰਘਰ ਹਲਕੇ ਦੇ ਵਿੱਚ ਖਰਾਲਗੜ 6 ਗੁਣਾ ਵੱਧ ਪੈਸੇ ਦੇ ਕੇ ਜ਼ਮੀਨ ਖਰੀਦੀ ਅਕਾਲੀ ਸਰਕਾਰ ਵੇਲੇ ਤੇ ਉਹਦੇ ਤੇ ਤਕਰੀਬਨ 70% ਕੰਮ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਲੇ ਹੋ ਗਿਆ। ਬਾਕੀ ਜਿਹੜਾ ਕੰਮ ਆ ਹਾਲ ਤੱਕ ਰੁਕਿਆ ਆ ਕਾਂਗਰਸ 6 ਸਾਲ 5 ਸਾਲ ਵੀ ਨਹੀਂ ਕੁਝ ਨਹੀਂ ਕੀਤਾ। ਪੌਣੇ 2 ਸਾਲ ਚ ਇਨੀ ਕੁਝ ਨਹੀਂ ਕੀਤਾ। ਸਿਰ ਮੂਰੇ ਇਲੈਕਸ਼ਨ ਦਾ ਟਾਈਮ ਆ ਰਿਹਾ। ਪਾਰਲੀਮੈਂਟ ਦਾ। ਤਾਂ ਇਹ ਡਰਾਮੇ ਕਰ ਰਹੇ ਆ ਤੇ ਮਾਲਪੁਰ ਦੇ ਵਿੱਚ ਇੱਕ ਅਸੀਂ ਉੱਥੇ ਪੰਚਾਇਤ ਭਵਨ ਬਣਾਇਆ ਸੀ। ਸਾਰਿਆਂ ਸਰਪੰਚਾਂ ਪੰਚਾਇਤਾਂ ਨੇ ਕੁਝ ਸਰਕਾਰ ਤੋਂ ਵੀ ਲਿਆ ਤਾਂ ਉਹ ਪੈਸੇ ਇਕੱਠੇ ਕਰਕੇ ਪੰਚਾਇਤ ਭਵਨ ਬਣਾਇਆ ਕਿ ਪੰਚਾਇਤਾਂ ਆਪਣੀ ਕੋਈ ਨਾ ਕੋਈ ਉੱਥੇ ਮੀਟਿੰਗ ਕਰ ਸਕਣ ਇਹਨਾਂ ਨੇ ਆ ਕੇ ਡਰਾਮਾ ਕੀਤਾ ਇਧਰ ਮਾਲਪੁਰ ਹਸਪੀਟਲ ਜਿਹੜਾ ਅਸੀਂ ਉਹ ਸ਼ੁਰੂਆਤ ਕਰਾਇਆ ਮਹਾਪੁਰਸ਼ਨ ਮੋਰੀ ਕਰਕੇ ਸ਼ੁਰੂ ਕਰਾਇਆ ਸੰਤ ਬਾਬਾ ਮਾਨ ਸਿੰਘ ਨੂੰ ਮੋਰੀ ਕੀਤਾ ਸੀ ਤੇ ਬਿਲਡਿੰਗ ਬਣਾ ਕੇ ਦਿੱਤੀ ਸਰਕਾਰ ਨੂੰ ਉਹ ਹਸਪੀਟਲ ਗਵਰਨ ਨੂੰ ਦਿੱਤਾ ਉੱਥੇ ਤਾਂ ਡਾਕਟਰ ਹੈ ਨਹੀਂ ਨਾ ਸਟਾਫ ਵੀ ਉੱਥੇ ਉਹਦੇ ਨਾਲੇ ਆਪਣਾ ਪਾਲਦੀ ਹਸਪੀਟਲ ਆ ਉੱਥੇ ਕੋਈ ਡਾਕਟਰ ਨਹੀਂ ਕੋਈ ਸਟਾਫ ਨਹੀਂਗਾ ਤੇ ਵਿਚਾਲੇ ਪੰਚਾਇਤ ਭਵਨ ਜਿਹੜਾ ਸਾਡਾ ਬਣਿਆ ਹੈ ਸਗਾ ਉੱਥੇ ਵੱਡੇ ਵੱਡੇ ਬੋਰਡ ਭਗਵੰਤ ਮਾਨ ਜੀ ਦੇ ਲਾਤੇ ਆ ਕਿ ਮੁਹੱਲਾ ਕਲੀਨਿਕਾ ਮੁਹੱਲਾ ਕਲੀਨਿਕਾ ਕਿੰਨੇ ਦਿਨਾਂ ਦਾ ਇਹਨਾਂ ਨੇ ਉਹ ਬਣਾਇਆ ਮੁਹੱਲਾ ਕਲੀਨਿਕ ਬਣਾਇਆ ਉਥੇ ਕੀਤਾ ਕੱਖ ਵੀ ਨਹੀਂ ਉਹ ਹਸਪਤਾਲ ਤੇ ਚੱਲ ਨਹੀਂ ਰਹੇ ਕਿ ਤੁਸੀਂ ਮੁਹੱਲਾ ਕਲੀਨਿਕ ਬਣਾਈ ਜਾਣੇ ਡਰਾਮੇ ਕਰਦੇ ਆ ਇੱਥੇ ਵੱਡੇ ਵੱਡੇ ਬੋਰਡ ਲਾ ਕੇ ਐਡਵਰਟਾਈਜ਼ਮੈਂਟ ਕਰਕੇ ਦੂਜਿਆਂ ਸੀਟਾਂ ਨੂੰ ਦੱਸ ਦੇਗੇ ਅਸੀਂ ਉੱਥੇ ਆ ਕਰ ਦਿੱਤਾ ਇੱਥੇ ਤੇ ਇੱਕ ਚੀਜ਼ ਨਹੀਂ ਦੀ ਉਹਨੂੰ ਬਣਾ ਕੇ ਦਿੱਤੀ ਅਬ 20th ਏਰੀਆ ਚ ਅਸੀਂ 30 ਬੈਡ ਦਾ ਹਸਪੀਟਲ ਬਣਾ ਕੇ ਦਿੱਤਾ ਅਸੀਂ ਉਹਦਾ ਉਦਘਾਟਨ ਕੀਤਾ ਇੱਕ ਐਸੇ ਮੂਤ ਸਾਰੇ ਡਾਕਟਰ ਉੱਥੇ ਲਾਇਦੇ ਫ੍ਰੀ ਦਵਾਈਆਂ ਮਿਲਦੀਆਂ ਸੀ ਆਜ ਉੱਥੇ ਭੰਗ ਭੁੱਜਦੀ ਆ ਗੱਡਜੰਗਰ ਹਸਪੀਟਲ ਦੇ ਵਿੱਚ ਨਹੀਂ ਡਾਕਟਰ ਮਿਲਦੇ ਉੱਥੇ ਜਾਓ ਉੱਥੇ ਉੱਥੇ ਖਾਲੀ ਪਿਆ ਤੇ ਜਿਹੜੇ ਕਲੀਨਿਕ ਬਣਾਏ ਇਹਨਾਂ ਨੇ ਡਰਾਮਾ ਕੀਤਾ ਅਈ ਤਾਂ ਸੁਭਦਾ ਕੇਂਦਰ ਬਣਾਏ ਸੀ ਲੋਕਾਂ ਦੀ ਸਹੂਲਤਾਂ ਵਾਸਤੇ ਇਹਨਾਂ ਚਾਰ ਕੁਰਸੀਆਂ ਰੱਖ ਕੇ ਤੇ ਪੇਂਟ ਕਰਕੇ ਤਾਂ ਬਣਾਤੇ ਆ ਮਹੱਲਾ ਕਲੀਨਿਕ ਇਹ ਸਿਰਫ ਡਰਾਮੇਵਾਜ ਸਭ ਤੋਂ ਵੱਡਾ ਡਰਾਮੇਵਾਜ ਹੈਗਾ ਕੇਂਜਰੀਆਲ ਤੇ ਜਿਹੜਾ ਹੁਣ ਸਾਡਾ ਮੁੱਖ ਮੰਤਰੀ ਪੰਜਾਬ ਦਾ ਬਣਿਆ ਇਹ ਪੂਰਾ ਮਦਾਰੀ ਮਦਾਰੀਆਂ ਵਾਲੇ ਕੰਮ ਕਰਦਾ ਉਹ ਆਪਣੇ ਮੁੱਖ ਮੰਤਰੀ ਦੇ ਮੂੰਹ 'ਚ ਇੱਕ ਇੱਕ ਸ਼ਬਦ ਬੋਲਿਆ ਆ ਉਹ ਸਹੀ ਹੋਣਾ ਚਾਹੀਦਾ